to my heartbeats. Good morning everyone, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ। ਮੇਰਾ ਨਾਮ ਹੈ ਪਵਨ ਗੁਜਵਾਲ ਐਂਡ ਵੈਲਕਮ ਬੈਕ ਟੂ ਅਨਦਰ ਵੀਡੀਓ। ਅੱਜ ਪਹਿਲਾਂ ਤਾਂ ਮੈਂ ਆਪਣਾ ਨਾ ਟਾਇਰ ਦਿਖਾਵਾਂ ਨਾ, ਸੋਹਣਾ ਲੱਗ ਰਿਹਾ ਆਈ ਬੇਸਿਕਲੀ ਸੋਹਣਾ ਤਾਂ ਮੈਂ ਕੀ ਕਹਾਂ, ਬਟ ਨਾ ਮੈਂ ਇੱਦਾਂ ਦਾ ਕਲਰ ਕੋਂਬੀਨੇਸ਼ਨ ਪਹਿਲੀ ਵਾਰ ਪਾਇਆ। ਸੋ ਇਹ ਕੁਛ ਮੇਰਾ ਟਾਇਰ ਸੀਗਾ, ਠੀਕ ਹੈ ਜੀ। ਸੋ ਮੈਂ ਨੋਰਮਲੀ ਨਾ ਬਲੂ ਦੇ ਨਾਲ ਬਲੂ ਹੀ ਰੱਖਦਾ ਜਾਂ ਮੈਕਸੀਮਮ ਬਲੈਕ ਕੁਛ ਆਊਟਫਿਟ ਪਾਉਂਦਾ, ਬਟ ਅੱਜ ਪਹਿਲੀ ਵਾਰ ਇੱਦਾਂ ਹੋਇਆ ਕਿ ਮੈਂ ਬਰਾਊਨ ਕਲਰ ਦਾ ਸਵੈਟਰ ਪਾ ਲਿਆ ਉੱਤੇ। ਸੋ ਪਲੈਨ ਅੱਜ ਦਾ ਕੁਛ ਇਹ ਹੈ ਕਿ ਇੱਕ ਤਾਂ ਪਹਿਲਾਂ ਆਪਾਂ ਚੱਲੇ ਸੀਗੇ ਕੁਛ ਕੰਮ, ਠੀਕ ਹੈ, ਥੋੜ੍ਹਾ ਬਹੁਤਾ ਕੰਮ ਜਿਹਾ ਸੀਗਾ ਪਰਸਨਲ, ਉਸ ਤੋਂ ਬਾਅਦ ਆ ਲੈ ਲਿਆ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਆਈ ਹੋਪ ਆਪਾਂ ਉੱਥੇ ਉਸ ਜਗ੍ਹਾ ਜਾ ਰਹੇ ਹਾਂ, ਐਂਡ ਜੇ ਜਾ ਰਹੇ ਹਾਂ ਫਿਰ ਤਾਂ ਕਿਆ ਬਣਨਾ। ਮੈਂ ਤਾਂ ਹੀ ਵਲੋਗ ਪਹਿਲਾਂ ਸ਼ੁਰੂ ਕਰਤਾ, ਮੈਂ ਕਿਹਾ ਯਾਰ ਦੇਖੀਏ, ਵੈਸੇ ਤਾਂ ਬਣ ਜਾਏਗਾ ਕਿਉਂਕਿ ਨਾ ਆਪਾਂ ਕੱਪੜੇ ਕੁੱਪੜੇ ਵੀ ਰੱਖ ਲਏ ਹੋਏ ਹਾਂ ਇੱਦਾਂ ਦਾ, ਐਂਡ ਜੈਕਟ ਇਹਦੇ ਉੱਤੇ ਜੈਕਟ ਪਾਉਣੀ ਹੈ। ਤੁਸੀਂ ਆਪ ਸੋਚ ਲਓ ਕਿੰਨੇ ਠੰਡੇ ਮੌਸਮ 'ਚ ਚੱਲੇ ਹਾਂ। ਸੋ ਨਾਲ ਡਰੋਨ ਸ਼ੋਟਸ ਕੁਛ ਵੈਸੇ ਡੀ ਐਸ ਐਲ ਆਰ ਸ਼ੋਟਸ ਵੀ ਹੋਣਗੇ। ਸੋ ਆਈ ਐਮ ਹੋਪਿੰਗ ਗੁੱਡ ਥਿੰਗ ਟੂ ਹੈਪਨ। ਤੁਹਾਨੂੰ ਮਿਲਦਾ ਫਿਰ ਥੋੜ੍ਹੀ ਦੇਰ 'ਚ। ਇਹਦੀ ਡਰਾਈਵ ਬਹੁਤ ਅੱਛੀ ਹੈ। ਇਹਦੇ ਅੱਗੋਂ ਨਾ ਮਤਲਬ ਜਦੋਂ ਮੈਂ ਵਾਰ ਬਟਨ ਜਾਂਦਾ ਹੁੰਦਾ ਸੀਗਾ ਉਦੋਂ ਇੱਕ ਏਰੀਆ ਨਿਕਲਦਾ ਜਿੱਥੋਂ ਤੁਸੀਂ ਨਾ ਵਾਈਨਰੀਜ਼ ਵੱਲੋਂ ਨਿਕਲ ਕੇ ਜਾਂਦੇ ਹੁੰਦੇ ਸੀ। ਬਹੁਤ ਸੋਹਣਾ ਏਰੀਆ, ਉਹ ਤਾਂ ਖਰੀਦ ਲਾਂਗੇ। ਕਿੰਨੀ ਸੋਹਣੀ ਆਰਟ ਉਹਨਾਂ ਨੇ, ਬਹੁਤ ਸੋਹਣਾ ਲੱਗਾ। ਇਹ ਸਾਰਾ ਡਰਬੀ ਹੈ, ਫੂਡ ਕੋਰਟ ਹੈ ਪੂਰਾ ਯਾਰ। ਉਹਦੇ ਡਰਬੀ ਡਰਬੀ ਨਹੀਂ ਨਹੀਂ ਉਹਦੇ ਸਾਰਾ ਫੂਡ ਕੋਰਟ ਬਣਿਆ ਹੋਇਆ ਹੈ, ਸ਼ਾਪਿੰਗ ਸੈਂਟਰ ਪੂਰਾ ਪੂਰ ਬਣਿਆ ਹੋਇਆ। ਦੇਖਣਾ ਐਕਸਪਲੋਰ ਕਰਨਾ ਫਿਰ ਯਾਰ, ਉਧਰ ਲੇਟ ਹੋ ਜਾਾਂਗੇ, ਫਾਇਦਾ ਕੰਟੇ ਦਾ ਤਾਂ ਸਫਰ ਰਹਿ ਗਿਆ। ਨੇਰੇ ਪਏ ਤੇ ਫਿਰ ਇੰਜੋਏ ਕਰਦਾ ਕੀ ਫਾਇਦਾ। ਫਾਈਨਲੀ ਪਲਾਨ ਇਸ ਥਰੂ, ਕੰਮ ਕੁਮ ਆਪਾਂ ਪਹਿਲਾਂ ਕਰ ਲਿਆ ਸੀਗਾ ਐਂਡ ਆਪਾਂ ਨਿਕਲ ਪਏ ਆ ਲੇਕ ਮਾਊਂਟੇਨ ਵਾਲੇ ਪਾਸੇ, ਐਂਡ ਉਸ ਤੋਂ ਪਹਿਲਾਂ ਆਪਾਂ ਇੱਕ ਛੋਟਾ ਜਿਹਾ ਸਟਾਪ ਦਿੱਤਾ। ਸੋ ਇਹ ਸਾਡਾ ਮੈਂਡੇਟਰੀ ਸਟਾਪ, ਇਹ ਲੈ ਕੇ ਫਿਰ ਅਸੀਂ ਜਾਣਾ ਲੇਕ ਮਾਊਂਟੇਨ। ਅੱਜ ਵੈਸੇ ਸਨੋਅ ਨਹੀਂ ਹੋ ਰਹੀ, ਬਟ ਇੱਦਾਂ ਸੀਗਾ ਕਿ ਫੈਮਿਲੀ ਆਊਟਿੰਗ ਹੋ ਜਾਏਗੀ ਤਾਂ ਕਰਕੇ ਹੁਣ ਨਿਕਲ ਗਏ ਸੀ। ਆਲਮੋਸਟ ਆਪਾਂ 2 ਵਜੇ ਤੱਕ ਪਹੁੰਚ ਜਾਵਾਂਗੇ, 1:03 ਹੋ ਗਿਆ, ਅਤੇ ਬਾਕੀ ਜੋ ਜੋ ਹੋਊਗਾ ਤੁਹਾਨੂੰ ਨਾਲ ਦਿਖਾਉਂਦੇ ਹਾਂ। ਕਿੰਨੇ ਵੱਡੇ ਆਏ ਗਏ, ਦੇਖ ਲਾ ਕਿੰਨੀ ਭੀੜੀ ਸੜਕ ਹੈ ਦੇਖਿਆ ਜਾਵੇ ਤਾਂ। ਹੋਰ ਜ਼ੋਨ ਇਹਨਾਂ ਨੇ 80 ਦਾ ਰੱਖਿਆ ਹੋਇਆ ਇੰਡੀਆ ਦੇ ਵਿੱਚ। ਸ਼ਿਮਲੇ ਦੀ ਇੰਨੀ ਸੋਹਣੀਆਂ ਸੜਕਾਂ ਬਣ ਗਈਆਂ, 45 ਦਾ ਜ਼ੋਨ, 50 ਦਾ ਜ਼ੋਨ, ਸਾਲਾ ਇਸ ਤੇ ਚੱਲਦੀ ਗੱਡੀ ਹੋਈ। ਸਹੀ ਗੱਲ ਹੈ, ਕਿਆ ਪੇੜ ਹੈ ਯਾਰ, ਕਿੰਨੇ ਵੱਡੇ ਪੇੜ ਹੈ। ਪੁਲਿਸ ਦੀ ਗੱਡੀ ਜਾ ਰਹੀ ਅੱਗੇ ਯਾਰ, ਆ ਜਿਹੜਾ ਤੂੰ ਇਹ ਮਾਰ ਰਿਹਾ ਨਾ ਅੰਦਰ ਤੱਕ ਆ ਰਿਹਾ ਤੂੰ। ਨੈਟ ਹੀ ਨੀ ਚੱਲ ਰਿਹਾ ਭਾਈ ਸਾਹਿਬ ਵੱਲੋਂ, ਤੁਸੀਂ ਟਰਾਈ ਕਰਕੇ ਦੇਖ ਲਓ। ਇਹਨਾਂ ਕੋਲ ਫਿਰ ਹੋਣੀ ਹੈ ਟਿਕਟ ਨਾ, ਆਨਲਾਈਨ ਬੁੱਕ ਕਰਾਈ ਹੋਣੀ। ਜੇ ਸੋਲਡ ਆਊਟ ਹੋਏਗਾ ਤੇ ਇਹਨਾਂ ਨੇ ਖੋਲਿਆ ਕਿਉਂ ਹੋਇਆ ਯਾਰ, ਜਿਨ੍ਹਾਂ ਕੋਲ ਹੈਗੀ ਟਿਕਟ ਉਹਨਾਂ ਤਾਂ ਜਾਣ ਦੇਣਗੇ। ਫਿਰ ਇਹਨੂੰ ਇੰਨੀ ਦੇਰ ਰੋਣਾ ਲਾਣੀ ਸੀ, ਪਤਾ ਨਹੀਂ ਕੀ ਗੱਲ ਕਰ ਰਹੇ ਨੇ। ਸਭ ਕੁਝ ਪੈਕ ਕਰ ਰਹੇ, ਫੂਡ ਪੈਕ ਕਰ ਰਹੇ, ਇਹ ਕੁਝ ਪੈਕ ਕਰ ਰਹੇ, ਕਾਫੀ ਸੈਡ ਸਟੋਰੀ। ਹਾਈ ਹਾਊ ਆਰ ਯੂ, ਟਿਕਟ ਨਾ, ਨੋ ਸੌਰੀ, ਯੂ ਜਸਟ ਗੋਨਾ ਹੈਵ ਟੂ ਟਰਨ ਰੈਮ ਐਂਡ ਗੋ ਬੈਕ ਡਾਊਨ। ਇਟਸ ਨਾਟ ਅਪ ਐਂਡ ਡਾਊਨ ਐਸ ਵੈਲ, ਲਾਈਕ ਵੀ ਵੀ ਡੋਨਟ ਵਾਂਟ ਟੂ ਸਟੇ ਥੇਅਰ, ਵੀ ਕੈਨਨਾਟ ਲੇਟ ਐਨੀ ਮੋਰ ਕਾਰਸ ਆਊਟ ਥੇਅਰ। I've seen a lot of cars have already gone. We sold out about a week ago. And we sold out until tomorrow week as well. So, like, the cars were just gone back. There might be a space there. We don't need any other cars up there to replace them, no. Once people have gone up and come down, that's it. It's no chance? No. I've already turned around about 100 cars today. All right. Sorry, and I've heard everything from, I've come from overseas to, I've come from Geelong to, I've come all the way down from Mildura, you know, my father's here from Vietnam, et cetera, et cetera. No. No, none of it does. Nope. We got no excuse of that. Sorry. I need to find something new. I've heard it all before. Which one you will go through with excuse if I find a new one? No, I'll just keep repeating myself. It'll get boring after all. All right, thank you, have a nice day. Just do a U-turn.
ਡੀਜ਼ਲ ਮੈਨੂੰ ਟਾਈਮ ਪਿਆ ਉਦੋਂ ਕਿਹਾ ਸੀ ਤੂੰ ਮੰਦਾ ਤਾਂ ਹੈ ਨਹੀਂ ਮੇਰੇ ਪਲਾਨ ਬਹੁਤ ਇਦਾਂ ਨਹੀਂ ਹੁੰਦੇ ਉਹ ਮੈਂ ਮੇਰੀਆਂ ਦੋ ਸਹੇਲੀਆਂ ਚਲੀਆਂ ਸੀ ਤੇ ਉਹਨਾਂ ਨੇ ਨਹੀਂ ਗਈਆਂ ਉਹ ਤਾਂ ਹੀ ਤਾਂ ਪੁੱਛਦੀ ਵੀ ਸੀ ਕਹਿੰਦੇ ਟਿਕਟ ਮੈਂ ਤਾਂ ਪਤਾ ਨਹੀਂ ਜਾ ਸਕਦਾ ਮੇਰੇ ਦੋ ਸ਼ਰਟ ਲੰਗ ਜਾਈ ਬਜਾ ਲਈਏ ड्राइव करके आए हैं जी एंट्री टिकट है ना सोल्ड आउट सी करके असी लेक माउंटेन जा नहीं सकते हम उस चक्कर चे असी आए हैं स्टीवेंसन्स फॉल ये हमें अगे जाना पेगा थोड़ा ट्रैक करके फिर आऊगा जमाना मतलब बिल्कुल ही उतर गया घूमन का मन था जो हम 15 मिनट की सैर तो बाद भी स्टीवेंसन फॉल वधिया नहीं लग्या ना फिर मैंने इत्थे छड़ दियो यार बंदा DSLR कैमरा लेके आया होगा कुछ ना कुछ आवाज तो इदा लग रहा है कि ठीक है यार फिर भी जिन्ना पोपट हो चुका है ना उस तो ज्यादा नहीं होगा कि स्टीवेंसन फॉल इतो ठीक लग रहा है बाकी यार बड़ा मन खराब हो गया इतना तुम आज चेकआउट करो सो इधरों का व्यू जिहड़ा मैं तुहानू दिखाया हुई सीगा हुण असीं चले टॉप ऑफ द फॉल्स दे विच सो हुण देखदे हां की है ट्रैक सोहना 800 मीटर दा ट्रैक है हाँ कह सकदा बट फिर रोड सी ना ता करके फिर भी थोड़ा ठीक लग रहा सीगा क्या बात है यार जय माता दी बट क्या बात है हाँ सीरियसली सो ये जरूरी याद रखियो हुण तो जिन्हें भी मेरी वीडियोज़ देख रहे हैं मैं मेरा तो पोपट कट्टिया गया तुसी अपना ना कटा लियो कि लेक माउंटेन आने लिए ना एंट्री फीस चेक करे हुण बुक ऑनलाइन वाले ऑप्शन आती है जी फ्री शटल सर्विस से अपनी गड्डी का वो बुक करो $60 की टिकट है विंटर सीजन की वह बुक करके फिर ही जायो ऑन द स्पॉट देना भरोसा ना रखियो ये ना हो निकले इतने सोल्ड आउट हो जाए सो बैटर है प्री बुकिंग चाहिए है मैंने नहीं पता सगा मेरा कट्टिया गया तो हूँ इदा सगा इन्नी दूर आप ड्राइव करके आए हैं यार अपने घर तो ऑलमोस्ट 2.5 घंटे की ड्राइव तो सगा इन्नी दूर ड्राइव करके आए हैं इदा का नहीं जान दूंगा फिर स्टीवेंसन फॉल सगा तले वाला तो इदा लग रहा है जिमें ना बहुत ही है इन्नी कोई खास नहीं पर हूँ एक्सपेक्टेशंस ना काफ़ी हाई हैं कि आप टॉप ऑफ द फॉल्स से जा रहे हैं आई होप सो वधिया होवे 800 मीटर का ट्रैक है अराउंड 15-20 मिनट लगता है एंड वेरी स्टीप है मतलब जिन्हें प्रैक्टिस नहीं की हुए आई प्रैफर क्यों इन्नी जल्दी मतलब यहोजे ट्रैक्स से ना आए और छोटे मोटे अपना स्टैमिना देख के आए मतलब ऑल आई कैन से अदर दैन दैट जड़ा ट्रैक भी है ना जो पाथ भी है बहुत ज़्यादा रॉकी है पैर मुड़न का डर रहा है स्लिप होने का बहुत ज़्यादा डर रहा सो होपफुली या ऑल आई कैन सुजैसट कि तुसी अपने गेयर्स या जो भी जुत्ते अपने पाने वधिया पा के आओ मैं जड़े ना मैं हालांकि ऑफ मैनू लगता अपने कपड़े ना जा रहा बट ये ना सही जुत्ता ये बेसिकली अपना वो है एंटी स्लिप है ता करके मैं इनू पाया हुआ एप्पल्स लुकआउट है ना ये बेसिकली हले टेंपरेरीली क्लोज है आप जा रहे टॉप ऑफ द फॉल्स वो सीधा कैपल्स ली इधरों उत्ते जाना होंगे ये मतलब होर स्टीप चढ़ाई है
और साडा जवान आ रहा देखो जोर ला के है पहुंच गए हूं तो टॉप ऑफ द फॉल्स बड़े ना उत्थे इधर इधर चल हाँ देख आवाज आ रही है ना वाटरफॉल की नियर चल 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 बस पहुंच गए तो क्या बात है वेरी नाइस चलिए आप तो जाई सकते सो ये आ गए ओ है वैसे तो और है ना क्या बात है इनान कर ला स्लिपरी है बनू एकदम पैर रखे ये ना हो गए चल रख दे है टॉप ऑफ द आप इतने खड़े हैं आ सारी फॉल आप थले जा रही जी तुम पहले भी दिखाई थी ना वो आई सी तो दिस इज इट ये पानी कितों आ रहा है ये नहीं पता बट बहुत सोना इधरों बहुत सोना व्यू आ रहा है आज दिन ही पोकटां दा चढ़िया होया हेलो वो तेगू नू अगे दिंदा दिंदा ना उत्ते खड़े सके तेगू नू इधर मतलब ओदी सपोर्ट कर रहे कि इत्थे आ जावे जंप करके जिवें उन्हें जंप किया मैं पानी च स्लिप हो गया और ये हालात हो गए चाची उहदे लगदा आ की कीता इहदे तां फिर ठीक है हाय यार और भावें धुप चढ़ी है बट ठंड बहुत ज्यादा है बहुत ज्यादा गंदे हो गए तो मेरे जुत्ते मेरा मतलब मैं अद्धा भिज गया इतने तक भिज गया गोडिया तक भिज गया सीगा हूँ थोड़ा जाके ना अच्छा लग रहा है कि हाँ ठीक है बढ़िया जगह है वैसे के पहला तो इदा लग रहा है जो ना उन्होंने टिकट का मना किया ना कि कहते लेक माउंटेन की एंट्री से सानू पहली गल पता की आई जितों आप खाना पीना चकना चुकना सारा ले तो सब कली कली दुकान से जाकर मोड़ आवेंगे इन्ना परेशान से आप बट वधिया हूँ तो एक्सपीरियंस वधिया सीगा तो हूँ चलें आप वापस तो लेट्स सी हूँ अगे की प्लान बनता मैक्सिको तो निकलते पे अमरीका का बॉर्डर उत्तर दे वेले ना जो सब तो पिछे आ रहा ना ओदा स्पेशल केयर करया करो जो लुड़कूगा ना दो तीन नाल लेके लुड़कूगा सुपात इन्ना घट चौड़ा कि जे अगो भी कोई आ जाए ना तो जिम्मे आप गड्डिया साइड नहीं लाते उदा सू अपने आप में लाना पै जाता वेलो ला वो वाला मेम याद आ जाता जब भी मैंने ना कि कहते ना सा कुत्ता कटदा नहीं तो भी कहता जो कुत्ता निकलिया ना कहते कुछ नहीं कहेगा कुछ नहीं मैं कोई चक्कर नहीं जी सो फाइनली अही टॉप ऑफ द फॉल्स घूम के हूँ आ गए थले स्टार्टिंग पॉइंट है बेसिकली ठीक है जी पर मैं हैरान है कि बाकी सारे आज मेरे नाल ट्रैक करके उत्थे तक गए हैं सॉक्स भी गंदी हो गई गिली जुत्ते भी गिले हैं शुगर है घर देना एक्स्ट्रा सेट ऑफ शूज लेके आए हुए थे ता करके अपना बच हो गया
ਹਲੇ ਨੇ ਲੈਂਡ ਕਰਨਾ ਹੈ ਨਹੀਂ ਕਿ ਹਾਂ ਕਰਨਾ ਤਾਂ ਹੈ ਪਰ ਇੰਨੀ ਨੇੜੇ ਕਿੱਥੇ ਜਾ ਰਹੇ ਆਪਣਾ ਵਧੀਆ ਸਟੀਵਨਸਨਸ ਫਾਲਸ ਦਾ ਵਿਜ਼ਿਟ ਰਿਹਾ ਨੋ ਡਾਊਟ ਮੈਨੂੰ ਲੇਕ ਮਾਊਂਟੇਨ ਦਾ ਪੋਕਟ ਹੋ ਗਿਆ ਸੀਗਾ ਬਟ ਨੰਦ ਲੈਸ ਓਵਰਆਲ ਟ੍ਰਿਪਲ ਤੱਕ ਬਹੁਤ ਵਧੀਆ ਜਾ ਰਿਹਾ ਐਂਡ ਹੁਣ ਆਪਾਂ ਆਏ ਹੋਏ ਸੀਗੇ ਕੰਗਸ ਵੋਕ ਏਸ਼ੀਅਨ ਰੈਸਟੋਰੈਂਟ ਬੇਸਿਕਲੀ ਜੱਟ ਨਹੀਂ ਹੈ ਚਾਈਨੀਜ਼ ਨੇ ਠੀਕ ਹੈ ਅਤੇ ਆਪਾਂ ਉੱਧਰ ਆਏ ਹੋਏ ਸੀਗੇ ਇਹਨਾਂ ਦਾ ਹੁਣ ਫੂਡ ਦੇਖਦੇ ਹਾਂ ਖਾ ਕੇ ਫਿਰ ਤੁਹਾਨੂੰ ਦੱਸਦੇ ਹਾਂ ਬਾਅਦ 'ਚ ਮਿਲਦਾ कैमरे च किन्ना क्लियर रेड स्काई नजर आ रहा है नाइस यार जे तुहानू आ वीडियो वधिया लगी होवे तां लाइक दिस वीडियो सब्सक्राइब टू माय चैनल एंड कमेंट डाउन बिलो तुहानू की वधिया लगा वीडियो दे विच या किद्दां मैं होर इंप्रूव कर सकदा टिल देन मिलदा तुहानू नवी वीडियो दे विच एक नवे कंटेंट दे नाल तद तक रब रखे।